ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ। ਪਿਛਲੇ ਸਾਲ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ, ਇਹ ਸਾਲ ਅਜਿਹੇ ਹਾਲਾਤ ਨਾ ਬਣਨ ਇਸ ਕਰਕੇ ਪਹਿਲਾਂ ਤੋਂ ਹੀ ਪ੍ਰਸ਼ਾਸਨ ਦੇ ਵੱਲੋਂ ਬੰਦੋਬਸਤ ਕੀਤੇ ਗਏ ਨੇ। ਘੱਗਰ ਦੇ ਵਿੱਚ ਲਗਾਤਾਰ ਪਾਣੀ ਵੱਧ ਰਿਹਾ, ਲੋਕਾਂ ਦੇ ਵੱਲੋਂ ਆਰਜੀ ਬੰਨ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਪ੍ਰਸ਼ਾਸਨ ਦੇ ਵੱਲੋਂ JCB ਮਸ਼ੀਨਾਂ ਅਤੇ ਗੋਤਾਖੋਰਾਂ ਨੂੰ ਤੈਨਾਤ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ, ਹੁਣ ਪੰਜਾਬ ਦੇ ਵਿੱਚ ਇਸ ਦਾ ਵੱਡੇ ਪੱਧਰ ਤੇ ਅਸਰ ਦਿਸ ਰਿਹਾ। ਸੰਗਰੂਰ ਦੇ ਖਨੌਰੀ ਦੇ ਵਿੱਚ ਕੱਲ 726 ਫੁੱਟ ਅਤੇ ਹੁਣ ਸਵੇਰੇ 7 ਵਜੇ 332 ਫੁੱਟ ਪਾਣੀ ਹੋ ਗਿਆ। ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ SSP ਸੰਗਰੂਰ ਨੇ ਮੌਕੇ ਤੇ ਪਹੁੰਚ ਕੇ ਘੱਗਰ ਦਾ ਜਾਇਜ਼ਾ ਲਿਆ। ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ। ਘੱਗਰ ਦੇ ਬੰਨਾਂ ਦੀ ਮਜ਼ਬੂਤੀ ਤੇ ਕਰੋੜਾਂ ਰੁਪਏ ਖਰਚੇ ਗਏ ਨੇ ਔਰ ਬੈਗਾਂ ਦੇ ਵਿੱਚ ਮਿੱਟੀ ਭਰ ਕੇ ਕਿਨਾਰਿਆਂ ਤੇ ਰੱਖ ਦਿੱਤੇ ਗਏ ਨੇ। DC ਦੇ ਵੱਲੋਂ ਕਿਹਾ ਗਿਆ ਕਿ ਕੁਦਰਤੀ ਆਫਤ ਨਾਲ ਪ੍ਰਸ਼ਾਸਨ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਜੀ, ਅਸੀਂ ਅੱਜ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਘੱਗਰ ਦੇ ਬੰਨ ਦੇ ਉੱਤੇ ਜਿਹੜੇ ਕੰਮ ਚੱਲ ਰਹੇ ਨੇ, ਸਫਾਈ ਦੇ ਜਿਹੜੇ ਕੰਮ ਚੱਲ ਰਹੇ ਨੇ, ਉਹ ਸਾਰੇ ਦੇਖਣ ਦੇ ਵਿੱਚ, ਇੰਸਪੈਕਸ਼ਨ ਕਰਨ ਦੇ ਵਿੱਚ, ਅਤੇ ਕੀ ਕੁਛ ਕੰਮ ਹਜੇ ਤੱਕ ਮੁਕੰਮਲ ਹੋਇਆ ਹੈ, ਕੀ ਕੁਛ ਸਾਡੀ ਓਬਜ਼ਰਵੇਸ਼ਨ ਹੈਗੀਆਂ, ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ, ਪੋਲੀਟੀਕਲ ਰਿਪ੍ਰੈਜੈਂਟੇਟਿਵਸ ਦੇ ਨਾਲ ਵੀ, ਪਿੰਡ ਦੇ ਜਿਹੜੇ ਵਸਨੀਕ ਹੈ ਉਹਨਾਂ ਨਾਲ ਵੀ, ਕੀ ਕੁਛ ਕੰਮ ਕੀਤਾ ਗਿਆ ਅਤੇ ਉਹਨਾਂ ਨੂੰ ਜਾਣੂ ਵੀ ਕਰਾਇਆ ਹੈਗਾ ਕਿ ਕਿਹੜੇ ਕਿਹੜੇ ਕੰਮ ਜਿਹੜੇ ਨੇ ਮੌਕੇ 'ਤੇ ਇਸ ਵੇਲੇ ਕੀਤੇ ਜਾ ਰਹੇ ਹਨ ਸਾਰਿਆਂ 'ਤੇ ਧਿਆਨ ਚਲਾਉਂਦੇ ਹੋਏ। ਅਤੇ ਅਸੀਂ ਜਿਹੜਾ ਹੈਗਾ ਸਾਨੂੰ ਇਨਫੋਰਮ ਵੀ ਕਰਨਾ ਚਾਹੁੰਦੇ ਹਾਂ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਘੱਗਰ ਬੰਨ ਹੈ ਇਹਨੂੰ ਚੌੜਾ ਕੀਤਾ ਗਿਆ ਹੈ, 16 ਫੁੱਟ ਤੱਕ ਜਿਹੜਾ ਹੈਗਾ ਇਹਨੂੰ ਚੌੜਾ ਕੀਤਾ ਗਿਆ। ਅੱਜ ਅਸੀਂ, ਮੈਂ ਅਤੇ SSP ਸਾਹਿਬ ਪੂਰਾ ਉਹਨੂੰ ਵਿਜ਼ਿਟ ਕਰੇ, ਗੱਡੀ 'ਤੇ ਹੀ ਅਸੀਂ ਵਿਜ਼ਿਟ ਕੀਤਾ ਹੈਗਾ। ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ 'ਤੇ ਗੱਡੀ ਨਹੀਂ ਲੰਘਦੀਆਂ ਸੀਗੀਆਂ, ਹੁਣ ਅੱਜ ਅਸੀਂ ਦੇਖ ਸਕਦੇ ਹਾਂ ਕਿ ਟਰੈਕਟਰ, ਟਰੋਲੀ, JCB ਅਤੇ ਗੱਡੀਆਂ ਆਰਾਮ ਨਾਲ ਇੱਥੇ ਲੰਘਦੀਆਂ ਹੈਗੀਆਂ। ਲੋਕਾਂ ਨੂੰ ਵੀ ਪੁੱਛਿਆ ਗਿਆ ਕਿ ਕੁਆਲਿਟੀ ਆਫ ਵਰਕ ਕਿਸ ਤਰ੍ਹਾਂ ਦੀ ਹੋਈ ਹੈ, ਕਿਸ ਤਰ੍ਹਾਂ ਦਾ ਕੰਮ ਹੋਇਆ, ਸਾਰਿਆਂ ਨੇ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਹੈ। ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ, ਲੋਕਾਂ ਤੋਂ ਹੀ ਪੁੱਛ ਕੇ ਕੰਮ ਹੋਣਾ ਚਾਹੀਦਾ ਹੈ, ਅਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾਹੀ ਨਹੀਂ ਵਰਤੀ ਜਾਣੀ ਚਾਹੀਦੀ ਹੈ। ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਹਾਂ। ਇਹ ਮੇਰੀ ਜਿਹੜੀ ਹੈਗੀ ਇੱਥੇ 5ਵੀਂ ਵਿਜ਼ਿਟ ਹੈ। ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ, ਇਰੀਗੇਸ਼ਨ ਡਿਪਾਰਟਮੈਂਟ ਹੈਗੇ, ਸਾਰੀ ਟੀਮ ਇੱਥੇ ਆਈਆਂ ਹੈਗੀਆਂ, ਐਕਸੀਅਨ ਮੰਡੀ ਬੋਰਡ, ਐਕਸੀਅਨ ਪੰਚਾਇਤੀ ਰਾਜ ਅਤੇ ਐਕਸੀਅਨ PWD ਨਾਲ ਵੀ ਜਿਹੜੀ ਹੈ ਉਹਨਾਂ ਨੂੰ ਵੀ ਅੱਜ ਨਾਲ ਲੈ ਕੇ ਆਏ ਹਾਂ ਅਸੀਂ। ਜਿਸ ਤਰ੍ਹਾਂ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਅਤੇ ਉਹ ਵੀ ਅਸੀਂ ਅੱਜ ਲਿੱਤਾ ਹੈਗਾ। ਅਤੇ ਮੈਨੂੰ ਖੁਸ਼ੀ ਇਹ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਕਲੀਨਿੰਗ ਦਾ ਕੰਮ ਜਿਹੜਾ ਹੈਗਾ, ਡਰੇਨਾਂ ਦੀ ਸਫਾਈ ਦਾ ਕੰਮ, ਘੱਗਰ ਦੀ ਸਫਾਈ ਦਾ ਕੰਮ, ਅਸੀਂ ਨਰੇਗਾ ਅਤੇ ਮਹਿਕਮੇ ਦੇ ਜਿਹੜੇ ਹੈਗੇ ਫੰਡ ਕਨਵਰਟ ਕਰਾ ਕੇ ਲਗਭਗ 3 ਕਰੋੜ ਦਾ, 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ। ਅਤੇ ਜਿਹੜੀ ਕਲੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ, ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਅਤੇ ਅਸੀਂ ਤਿਆਰ ਹਾਂ। ਜੇਕਰ ਕੋਈ ਵਿਪਤਾ ਆਉਂਦੀ ਹੈ, ਸਾਨੂੰ ਲੱਗਦਾ ਨਹੀਂ ਹੈ ਜੇਕਰ ਪੋਸੀਬਲ ਲਿਮਿਟੇਸ਼ਨ ਦੇ ਵਿੱਚ ਹੋਏਗਾ ਤਾਂ ਫਿਰ ਕੁਛ ਡੈਮੇਜ ਹੋ ਸਕਦਾ। ਸਰ, ਘੱਗਰ ਨੂੰ ਲੈ ਕੇ ਇਸ ਵਾਰ ਕੀ ਪੁਖਤਾ ਪ੍ਰਬੰਧ ਨੇ ਅਤੇ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਨੇ? ਜੀ, ਜਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਐਸਟੈਬਲਿਸ਼ ਕਰ ਚੁੱਕੇ ਹਾਂ ਆਲਰੇਡੀ, ਜਿਹੜੀ ਹੈਗੀ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਫਲੱਡ ਕੰਟਰੋਲ ਦੀ ਮੀਟਿੰਗਾਂ ਵੀ ਲਗਾਤਾਰ ਹੋ ਰਹੀ ਹੈ। ਅਤੇ ਉੱਥੇ ਅਸੀਂ ਜਿਹੜਾ ਹੈਗਾ ਇਸ ਵੇਲੇ 2,50,000 ਬੈਗਸ ਜਿਹੜੇ ਨੇ ਅਸੀਂ ਆਲਰੇਡੀ ਜਿਹੜੇ ਹੈਗੇ ਮੁਹੱਈਆ ਕਰਾ ਚੁੱਕੇ ਹਾਂ, ਜਿਹਦੇ ਵਿੱਚ ਲਗਭਗ 1,00,000 ਬੈਗ ਬਣ ਕੇ ਤਿਆਰ ਵੀ ਹੋ ਚੁੱਕੇ ਅਤੇ ਵੱਖ ਵੱਖ ਥਾਵਾਂ 'ਤੇ ਅਸੀਂ ਆਲਰੇਡੀ ਪਹੁੰਚਾ ਤੇ ਗਏ। ਜੇ ਖੁਦਾ ਨਾ ਖਾਸਤਾ ਕੋਈ ਬ੍ਰੀਚ ਹੁੰਦਾ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਪਲੱਗ ਕੀਤਾ ਜਾ ਸਕੇ। ਨਾਲ ਹੀ ਜਿਹੜਾ ਹੈਗਾ JCBs ਨਾਲ ਟਾਈ ਅਪ ਹੋ ਚੁੱਕਿਆ ਹੈ,
ਜਿਹੜੇ ਜੇਕਰ ਕੁਛ ਕਿਤੇ ਕੱਟ ਪਾਣੇ ਹੁੰਦੇ ਆ, ਪਾਣੀ ਦਾ ਬਹਾਅ ਨੈਚੁਰਲ ਫਲੋ ਸਾਨੂੰ ਬਰਕਰਾਰ ਕਰਨਾ ਹੁੰਦਾ ਅਤੇ ਮਿੱਟੀ ਜਿਹੜੀ ਹੈਗੀ ਉਹ ਪੱਟਣੀ ਹੁੰਦੀ ਹੈ, ਉਹਦੇ ਵਾਸਤੇ ਜੇ ਸੀ ਪੀ ਥਾਣਿਆਂ ਵਿੱਚ ਹੀ ਮੁਹੱਈਆ ਕਰਾਈ ਗਈ ਹੈ। ਅਤੇ ਅਸੀਂ ਜਿਹੜਾ ਹੈਗਾ ਪਿੰਡ ਲੈਵਲ 'ਤੇ ਟਰੋਲੀਆਂ, ਜੇ ਸੀ ਪੀਆਂ, ਗੋਤਾਖੋਰ ਇਹ ਸਾਰੇ ਅਸੀਂ ਜਿਹੜਾ ਹੈਗਾ ਟਾਈ ਅਪ ਕਰ ਚੁੱਕੇ। ਨਾਲ ਹੀ ਸਾਡੀ ਜਿਹੜੀ ਮੀਟਿੰਗ ਹੈਗੀ ਆਰਮੀ ਪਰਸੋਨਲ ਨਾਲ ਵੀ ਹੋ ਚੁੱਕੀ ਹੈ। ਜੇਕਰ ਕੋਈ ਐਮਰਜੈਂਸੀ ਆਉਂਦੀ ਹੈ, ਡਿਜ਼ਾਸਟਰ ਮੈਨੇਜਮੈਂਟ ਦਾ ਕੰਮ ਆਉਂਦਾ ਹੈ ਜਾਂ ਐਮਰਜੈਂਸੀ ਰਿਸਪੋਂਸ ਦਾ ਕੰਮ ਜਿਹੜਾ ਆਉਂਦਾ ਹੈ, ਉਹ ਅਸੀਂ ਸਾਰੇ ਦੇ ਸਾਰੇ ਆਪਣੀ ਟਾਈ ਅਪ ਜਿਹੜਾ ਹੈਗਾ ਹੋ ਚੁੱਕਿਆ। ਸਰ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜਾ ਕੰਮ ਚੱਲ ਰਿਹਾ, ਕਿ ਹਰਿਆਣੇ ਪ੍ਰਸ਼ਾਸਨ ਦੇ ਨਾਲ ਵੀ ਟੱਚ ਦੇ ਵਿੱਚ ਹੈ? ਜੀ ਬਿਲਕੁਲ, ਬਾਰਡਰ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਟੱਚ 'ਚ ਹੈਗੇ। ਜਿਹੜੇ ਸਾਡੇ ਪਿੱਛੇ ਗੇਜਸ ਲੱਗੇ ਹੈਗੇ ਹਰਿਆਣੇ ਦੇ ਵਿੱਚ, ਉਹਨਾਂ ਨਾਲ ਵੀ ਅਸੀਂ ਲਗਾਤਾਰ ਟੱਚ ਦੇ ਵਿੱਚ ਹੈ, ਜਿਸ ਕਰਕੇ ਸਾਨੂੰ ਜਿਹੜਾ ਹੈਗਾ ਐਟਲੀਸਟ 24 ਘੰਟੇ ਤੋਂ 72 ਘੰਟੇ ਦੀ ਐਡਵਾਂਸ ਵਾਰਨਿੰਗ ਵੀ ਮਿਲ ਸਕਣ। ਅਸੀਂ ਸਾਰੇ ਪੱਖੋਂ ਜਿਹੜਾ ਹੈਗਾ ਆਪਣੇ ਕਮਿਊਨੀਕੇਸ਼ਨ ਸਿਸਟਮ ਐਸਟੈਬਲਿਸ਼ ਨੇ। ਥੈਂਕ ਯੂ।